डॉक्टर रब का रूप होंगे वधिया गल है क्योंकि सानू भी उहदे नाल डॉक्टर नू भी एक जिहड़ा हौसला मिलता है इस चीज इन्ना जायदाद है और कोठियां है पर उन्हां दी संभाई नहीं है। कल ना होड़ लगी हुई है पैसे दी कि असीं रातों रात अमीर बन जाइए सिर्फ उन्हां नू जमीनां जायदादां और पैसे नाल ही मतलब रह गया। तां सानू इह लगदा हैगा भी जदों दे साडे संयुक्त परिवार जी साडे संयुक्त परिवार दे सत श्रीकाल जी मैं हाँ विपन ओकाड़ा ते तुसीं देख रहे हो वॉइस पंजाब टाइम। कहिंदे हैगे आ भी डॉक्टर रब दा रूप हुंदा और डॉक्टर नूं जिहड़ा दर्जा दिता गया रब दा दिता गया पर जे डॉक्टर जिथे मरीजां दी सेवा करदा उत्थे नाल दी नाल जेकर समाज दी सेवा करदा होवे समाज दे वक्ख वक्ख वर्गां दे विच जा के दिन रात उहनां दी सेवा करदा होवे तां उस नूं होर वी दर्जा जिहड़ा हैगा रब दा दिता जा सकता है। बिल्कुल जी हाँ इस तरह ही साडे मोगा दी एक शख्सियत हैगे ने डॉक्टर सरबजीत कौर बरौड़ बड़ी चंगी तरह मोगा वासी इन्हां नूं जानदे भी हैगे ने और इन्हां नूं हर फंक्शन दे उत्ते तुसीं किसे ना किसे रूप दे विच सेवा करदे देखते भी होंगे। अज साडे नाल खास मुलाकात दे विच डॉक्टर सरबजीत बराड़ पहुंचे ने गल करदे रहो। डॉक्टर साहब सब तो पहले तुहाडा स्वागत है जी साडे प्रोग्राम दे विच। हां जी सत श्री अकाल सर बहुत बहुत शुक्रिया। डॉक्टर साहब कहा जाता हैगा भी डॉक्टर रब दा रूप है जी ते रब दा रूप जदों दूजे सेवावां दे विच आ जावे जी ते फिर उहनूं तुसीं की कहिंदे हो? हां जी बिल्कुल डॉक्टर नूं जिहड़ा हैगा पहला रब दा रूप जिहड़ा दर्जा दिता गया कि एक बहुत ही जिहड़ा मतलब वधिया गल है क्योंकि सानू भी उहदे नाल डॉक्टर नू भी एक जिहड़ा हौसला मिलता है इस चीज़ नाल भी जदों आपां उहनूं रब कह दीए ते बाकी मैं बहुत बहुत धन्नवाद करदी हाँ वाहिगुरु का कि उहने मैनूं डॉक्टरी किते दे नाल जिहड़ा समाज सेवा भी दित्ती ते इस लई बहुत शुक्रिया। लगातार असीं देख रहे हैं तुसीं ज़्यादातर तुहानूं देखिया गया भी ਬਿਰਧ ਆਸ਼ਰਮ 'ਚ ਜਾ ਕੇ ਤੁਸੀਂ ਜਿਹੜੇ ਜਿਨ੍ਹਾਂ ਨੂੰ ਮਤਲਬ ਕਿ ਬੱਚੇ ਘਰੋਂ ਬੇਘਰ ਕਰ ਦਿੰਦੇ ਨੇ ਜੀ ਔਰ ਉਸ ਉਮਰ ਦੇ ਵਿੱਚ ਕਰਦੇ ਨੇ ਜਦੋਂ ਕਿ ਉਹਨਾਂ ਨੂੰ ਆਪਣੇ ਬੱਚਿਆਂ ਦੀ ਲੋੜ ਹੁੰਦੀ ਹੈ ਔਰ ਉਦੋਂ ਉਹਨਾਂ ਦੇ ਬੱਚੇ ਬਣ ਕੇ ਤੁਸੀਂ ਉੱਥੇ ਜਾਂਦੇ ਹੋ ਤਾਂ ਕਿੱਦਾਂ ਦਾ ਲੱਗਦਾ ਹੈ ਕਿੱਦਾਂ ਸੇਵਾ ਕਰਦੇ ਹੋ? ਹਾਂਜੀ ਸਰ ਜਿਹੜਾ ਮਤਲਬ ਹੁਣ ਦਾ ਯੁੱਗ ਚੱਲ ਰਿਹਾ ਕਾਲ ਯੁੱਗ ਇਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇਹ ਨਹੀਂ ਹੈਗਾ ਵੀ ਕੋਈ ਗਰੀਬ ਜਿਹੜਾ ਦਬਕਾ ਹੈ ਉਹ ਬਿਰਧ ਆਸ਼ਰਮ ਦੇ ਵਿੱਚ ਜਾ ਰਹੇ ਚੰਗੇ ਚੰਗੇ ਪੋਸਟਾਂ ਵਾਲੇ ਜਿਹੜੇ ਬਜ਼ੁਰਗ ਉੱਥੇ ਦੋਨੇ ਦੋਨੇ ਜੀ ਬੈਠੇ ਆ ਜਿਹੜੇ ਕਹਿੰਦੇ ਆ ਕਿ ਸਾਡੀਆਂ ਜ਼ਮੀਨਾਂ ਜਾਇਦਾਦਾਂ ਹੈ ਔਰ ਕੋਠੀਆਂ ਹੈ ਪਰ ਉਹਨਾਂ ਦੀ ਸੰਭਾਈ ਨਹੀਂ ਹੈ ਜਿਹੜਾ ਕਿ ਇੱਕ ਸਾਡੇ ਸਮਾਜ ਲਈ ਬਹੁਤ ਹੀ ਜਿਹੜਾ ਆਉਣ ਵਾਲੇ ਸਮੇਂ ਲਈ ਹੈ ਇੱਕ ਸੰਕੇਤ ਹੈ ਇਹ ਮਾੜਾ ਅਤੇ ਸਾਨੂੰ ਜਿਹੜਾ ਆਪਣੀ ਪੀੜ੍ਹੀ ਨੂੰ ਛੋਟੇ ਬੱਚਿਆਂ ਤੋਂ ਲੈ ਕੇ ਇਹ ਬਜ਼ੁਰਗਾਂ ਦੀ ਸਾਂਭ ਸੰਭਾਲ ਜਿਹੜੀ ਉਹ ਸ਼ੁਰੂ ਤੋਂ ਹੀ ਦੱਸਣੀ ਪਊਗੀ ਤਾਂ ਕਿ ਜਿਹੜੀ ਇਹਨਾਂ ਦੀ ਇਹ ਆਸ਼ਰਮਾਂ ਵਿੱਚ ਇਹ ਰੋਲ ਨਾ ਸਕਣ ਆਉਣ ਵਾਲੇ ਸਮੇਂ 'ਚ। ਡਾਕਟਰ ਸਾਹਿਬ ਜਦੋਂ ਤੁਸੀਂ ਜਾਂਦੇ ਹੋ ਆਸ਼ਰਮਾਂ ਦੇ ਵਿੱਚ ਤੁਹਾਡੀ ਕਾਫੀ ਬਿਰਧ ਆਸ਼ਰਮ ਦੇ ਬਜ਼ੁਰਗਾਂ ਦੇ ਨਾਲ ਗੱਲਬਾਤ ਵੀ ਹੁੰਦੀ ਹੈ ਜੀ ਕਿਸ ਤਰ੍ਹਾਂ ਉੱਥੇ ਪਹੁੰਚਦੇ ਨੇ ਕੀ ਸਥਿਤੀ ਹੁੰਦੀ ਹੈ ਕੀ ਘਰਾਂ ਦੀ ਸਥਿਤੀ ਹੁੰਦੀ ਹੈ ਤੁਸੀਂ ਤਾਂ ਬਹੁਤ ਨਜ਼ਦੀਕੀ ਉਹਨਾਂ ਦੀ ਸੁਣਦੇ ਹੋ ਕਹਾਣੀ ਮੇਨ ਕਿੱਥੇ ਗੱਲ ਆਉਂਦੀ ਹੈਗੀ ਹੈ ਵੀ ਜਿਹੜਾ ਉਹਨਾਂ ਨੂੰ ਮਜਬੂਰਨ ਉੱਥੇ ਜਾਣਾ ਪੈਂਦਾ ਜਿਵੇਂ ਤੁਸੀਂ ਦੱਸਿਆ ਵੀ ਬਿਰਧ ਆਸ਼ਰਮ ਦੇ ਵਿੱਚ ਇਹੋ ਜਿਹੇ ਵੀ ਬਜ਼ੁਰਗ ਬੈਠੇ ਨੇ ਜਿਹਨਾਂ ਦੀਆਂ ਲੱਖਾਂ ਰੁਪਏ ਦੀਆਂ ਪ੍ਰੋਪਰਟੀਆਂ ਹੈਗੀਆਂ ਜੀ ਪਰ ਉਹ ਬੈਠੇ ਬਿਰਧ ਆਸ਼ਰਮ 'ਚ ਹੈਗੇ ਨੇ ਕੀ ਮੇਨ ਤੁਸੀਂ ਸਮਝਦੇ ਹੋ ਕਿੱਥੇ ਕਮੀਆਂ ਰਹਿ ਜਾਂਦੀਆਂ ਹੈਗੀਆਂ? ਸਰ ਕਮੀ ਮੈਂ ਤੁਹਾਨੂੰ ਦੱਸਿਆ ਕਿ ਕਮੀ ਇੱਥੇ ਹੀ ਹੈ ਵੀ ਥੋੜ੍ਹਾ ਜਿਹਾ ਬੱਚਿਆਂ ਨੂੰ ਗਾਈਡ ਕਰਨ ਦੀ ਲੋੜ ਹੈ ਕਿਉਂਕਿ ਅੱਜ ਕੱਲ੍ਹ ਨਾ ਹੋੜ ਲੱਗੀ ਹੋਈ ਹੈ ਪੈਸੇ ਦੀ ਕਿ ਅਸੀਂ ਰਾਤੋ ਰਾਤ ਅਮੀਰ ਬਣ ਜਾਈਏ ਸਿਰਫ ਉਹਨਾਂ ਨੂੰ ਜ਼ਮੀਨਾਂ ਜਾਇਦਾਦਾਂ ਔਰ ਪੈਸੇ ਨਾਲ ਹੀ ਮਤਲਬ ਰਹਿ ਗਿਆ ਖੂਨ ਦੇ ਰਿਸ਼ਤੇ ਜਿਹੜੇ ਉਹ ਸਾਰੇ ਖਤਮ ਹੈ ਕਿਉਂਕਿ ਜਿਹੜੇ ਮੇਨ ਬਿਰਧ ਆਸ਼ਰਮਾਂ ਦੇ ਵਿੱਚ ਕੇਸ ਆ ਰਹੇ ਆ ਉਹ ਮੇਨ ਅਸੀਂ ਦੇਖਿਆ ਕਿ ਪੈਸੇ ਨੂੰ ਜ਼ਮੀਨ ਜਾਇਦਾਦ ਨੂੰ ਹੀ ਲੈ ਕੇ ਆ। ਹੁਣ ਇੱਕ ਬਜ਼ੁਰਗ ਦੇ ਜਦੋਂ ਮੈਂ ਮਿਲਣ ਗਈ ਉਹਨਾਂ ਨੂੰ ਰੱਖੜੀ 'ਤੇ ਰੱਖੜੀਆਂ ਬੰਨਣ ਗਈ ਸੀ ਮੈਂ ਅਤੇ ਉਹਨਾਂ ਦੇ ਨਾ ਉਹਨਾਂ ਗੁਟਕਾ ਸਾਹਿਬ ਫੜ ਕੇ ਉਹ ਪਾਠ ਕਰ ਰਹੇ ਸੀ ਅਤੇ ਮੈਂ ਉਹਨਾਂ ਦੇ ਐਂ ਕੋਲ ਹੀ ਬਹਿ ਗਈ ਅਤੇ ਉਹਨਾਂ ਦੇ ਮੈਨੂੰ ਗੱਲ ਦੱਸਦਿਆਂ ਵੀ ਇੱਦਾਂ ਹੱਥ ਕੰਬ ਰਹੇ ਸੀ ਅਤੇ ਮੈਂ ਕਿਹਾ ਵੀ ਬਾਪੂ ਜੀ ਤੁਸੀਂ ਮੈਨੂੰ ਦੱਸੋ ਵੀ ਅੱਗੇ ਮੈਂ ਤੁਹਾਨੂੰ ਨਹੀਂ ਦੇਖਿਆ ਤੁਸੀਂ ਨਵੇਂ ਹੀ ਆਏ ਲੱਗਦੇ ਹੋ ਵੀ ਕੀ ਚੱਕਰ ਕੀ ਗੱਲ ਬਣੀ ਅਤੇ ਉਹ ਨਾ ਜਾਣੀ ਦੇ ਉਹਨਾਂ ਨੇ ਮੈਨੂੰ ਦੱਸਿਆ ਕਿ ਮੇਰੇ ਜਿਹੜੇ ਸੁਤੇਲੇ ਸੀਗੇ ਜਿਹੜੇ ਮੇਰੇ ਭੈਣ ਭਰਾ
ਤੇ ਉਹਨਾਂ ਨੇ ਮੈਂ ਅਨਪੜ ਕਰਕੇ ਮੈਥੋਂ ਸਾਰਾ ਆਪਦੇ ਨਾਂ ਕਰਵਾ ਲਿਆ ਤੇ ਬਾਅਦ ਵਿੱਚ ਮੈਨੂੰ ਮਤਲਬ ਘਰੋਂ ਕੱਢ ਦਿੱਤਾ ਜੀ। ਚਲੋ ਉਹ 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 ਤਾਂ ਕੇਸ ਅਲੱਗ ਹੋ ਗਿਆ ਨਾ ਵੀ ਉਹਨਾਂ ਦੀ ਐਜੂਕੇਸ਼ਨ ਹੈ ਨਹੀਂ ਸੀਗੀ ਉਹ ਨਹੀਂ ਪੜ੍ਹੇ ਲਿਖੇ ਸੀਗੇ ਤੇ ਆਸਟ੍ਰੇਲੀਆ ਨੇ ਕਰਾ ਲਿਆ। ਪਰ ਆਪਾਂ ਅੱਜ ਕੱਲ੍ਹ ਦੇਖਦੇ ਹੈਗੇ ਵੀ ਘਰ ਦੇ ਆਪਣੇ ਧੀਆਂ ਪੁੱਤ ਹੁੰਦੇ ਨੇ ਤੇ ਉਹ ਉਹਨਾਂ ਦੇ ਉਹ ਜਾਂਦੇ ਨੇ ਉਹਨਾਂ ਨੂੰ ਮਿਲਣ ਵਾਸਤੇ ਬਿਰਧਾਸ਼ਰਮ ਦੇ ਵਿੱਚ। ਅਤੇ ਇਹ ਡਾਕਟਰ ਸਾਹਿਬ ਮੈਂ ਦੋ ਚੀਜ਼ਾਂ ਇਹਦੇ 'ਚ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ ਜਿਹੜੀਆਂ ਕਿ ਮੇਰੇ ਮਨ ਦੇ ਵਿੱਚ ਹੁਣੇ ਬੈਠੇ ਬੈਠੇ ਆਈਆਂ ਹੈਗੀਆਂ। ਹਾਂਜੀ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਲੱਗਦਾ ਹੈਗਾ ਵੀ ਜਦੋਂ ਦੇ ਸਾਡੇ ਸੰਯੁਕਤ ਪਰਿਵਾਰ ਜੀ ਸਾਡੇ ਸੰਯੁਕਤ ਪਰਿਵਾਰ ਜਿਹੜੇ ਹੈਗੇ ਨੇ ਇਹ ਖਤਮ ਹੁੰਦੇ ਜਾਂਦੇ ਨੇ ਇਹਦੇ ਕਰ ਇਹ ਵੀ ਇੱਕ ਕਾਰਨ ਹੋ ਸਕਦਾ। ਸਰ ਸੰਯੁਕਤ ਪਰਿਵਾਰ ਜਿਹੜੇ ਇੱਕ ਜਿਹੜਾ ਮੇਨ ਗੱਲ ਉੱਥੇ ਹੀ ਆ ਜਾਂਦੀ ਘੁੰਮ ਕੇ ਕਿ ਅਸੀਂ ਬਿਜੀ ਹੋ ਗਏ ਹਾਂ ਜਿੰਨਾ ਮੈਂ ਇਹ ਚੀਜ਼ ਦੇਖੀ ਆ ਵੀ ਜਿੰਨਾ ਅਸੀਂ ਬੱਚੇ ਨੂੰ ਐਜੂਕੇਟ ਕਰ ਰਹੇ ਹਾਂ ਪੜ੍ਹਾ ਰਹੇ ਹਾਂ ਓਨਾ ਹੀ ਉਹ ਇਸ ਚੀਜ਼ ਤੋਂ ਦੂਰ ਹੁੰਦਾ ਜਾਂਦਾ ਕਿਉਂਕਿ ਉਹਦੇ ਕੋਲ ਸਮਾਂ ਹੀ ਨਹੀਂ ਰਹਿੰਦਾ ਵੀ ਮੈਂ ਮਾਂ ਪਿਓ ਨੂੰ ਬਜ਼ੁਰਗਾਂ ਨੂੰ ਸਾਂਭ ਗਏ ਅਸੀਂ। ਸਾਡੇ ਕੋਲ ਇੱਦਾਂ ਦਾ ਵੀ ਕੇਸ ਆਇਆ ਕਿਉਂਕਿ ਚਲੋ ਉਹ ਕੇਸ ਅਨਪੜ੍ਹ ਸੀ ਜਿਹੜਾ ਮੈਂ ਤੁਹਾਨੂੰ ਹੁਣੇ ਦੱਸ ਕੇ ਹਟੀ ਹਾਂ ਪਰ ਰੌਲਾ ਉੱਥੇ ਵੀ ਪੈਸੇ ਧੇਲੇ ਦਾ ਹੀ ਆ ਗਿਆ। ਜਿਹੜੇ ਐਜੂਕੇਟਡ ਹੈ ਰੌਲਾ ਉੱਥੇ ਵੀ ਮਤਲਬ ਪੈਸਾ ਕਮਾਉਣ ਦਾ ਹੀ ਆ ਜਾਂਦਾ ਕਿਉਂਕਿ ਇੱਕ ਕੇਸ ਸੀਗਾ ਸਾਡੇ ਕੋਲ ਆਇਆ ਉਹ ਪੁੱਛਣ ਆਏ ਕਿ ਕਿਸੇ ਨੂੰ ਪੁੱਛਣ ਘੱਲਿਆ ਉਹਨਾਂ ਨੇ ਕਿ ਅਸੀਂ ਦੋਨੇ ਜੀ ਹੈਗੇ ਹਾਂ ਜੋਬ ਵਾਲੇ ਅਤੇ ਸਾਡੇ ਬੱਚੇ ਛੋਟੇ ਆ ਅਤੇ ਦੋਨੇ ਬਜ਼ੁਰਗਾਂ ਵਿੱਚੋਂ ਇੱਕ ਬਜ਼ੁਰਗ ਦਾ ਚੂਲਾ ਟੁੱਟ ਗਿਆ ਦੂਜੇ ਦੀ ਪਹਿਲਾਂ ਲੱਤ ਤਿਲਕ ਕੇ ਡਿੱਗ ਪਈ ਟੁੱਟ ਗਈ ਸੀ ਅਤੇ ਸਾਡੇ ਕੋਲ ਸਮਾਂ ਹੀ ਹੈ ਨਹੀਂ ਉਹਨਾਂ ਨੂੰ ਸਾਂਭਣ ਨੂੰ ਕਿ ਤੁਸੀਂ ਅਸੀਂ ਖਰਚਾ ਦੇਵਾਂਗੇ ਉਹ ਕਹਿੰਦੇ ਕਿ ਤੁਸੀਂ ਬਜ਼ੁਰਗਾਂ ਨੂੰ ਸਾਂਭ ਲਓਗੇ ਇੱਥੇ। ਪਰ ਡਾਕਟਰ ਸਾਹਿਬ ਇੱਕ ਚੀਜ਼ ਹੋਰ ਵੀ ਆਉਂਦੀ ਹੈ ਜਿਵੇਂ ਇੱਕ ਤਾਂ ਚਲੋ ਆਪਾਂ ਸੰਯੁਕਤ ਪਰਿਵਾਰ ਦੀ ਗੱਲ ਕੀਤੀ ਦੂਜੇ ਪਾਸੇ ਮੇਰੇ ਮਨ ਦੀ ਹੈ ਮੈਂ ਜਿਹੜੀ ਹੋ ਸਕਦਾ ਮੈਂ ਗਲਤ ਵੀ ਹੋਵਾਂ ਇਹਦੇ 'ਚ ਅੱਜ ਕੱਲ੍ਹ ਜਿਹੜੇ ਸਾਡੇ ਹਾਲਾਤ ਬਣ ਚੁੱਕੇ ਨੇ ਜਿਹੜੇ ਅਸੀਂ ਘਰ ਗੱਲਾਂ ਬਾਤਾਂ ਕਰਦੇ ਹੈਗੇ ਅਸੀਂ ਦੇਖੋ ਬੇਟੇ ਦਾ ਵਿਆਹ ਕੀਤਾ ਹਾਂਜੀ ਬਹੂ ਲੈ ਕੇ ਆਏ ਜੀ ਅਸੀਂ ਉਹਨੂੰ ਬਜਾਏ ਬਹੂ ਦੇਖਣ ਦੇ ਅਸੀਂ ਉਹਨੂੰ ਆਪਣੀ ਧੀ ਕਿਉਂ ਨਾ ਦੇਖੀਏ ਜੀ ਬਿਲਕੁਲ ਆਪਾਂ ਤਾਂ ਇਹ ਤਾਂ ਕਹਿੰਦੇ ਹੈਗੇ ਵੀ ਮੇਰੀ ਲੜਕੀ ਨੂੰ ਮੇਰਾ ਜਵਾਈ ਬਹੁਤ ਸੁਖੀ ਰੱਖੇ ਜੀ ਠੀਕ ਹੈ ਨਾ ਜੀ ਮੇਰੀ ਲੜਕੀ ਹੈ ਉਹ ਵਿਆਹੀ ਗਈ ਹੈ ਪਰ ਮੇਰਾ ਜਵਾਈ ਉਹਨੂੰ ਬੜਾ ਸੁਖੀ ਰੱਖੇ ਅਤੇ ਫੁੱਲਾਂ ਵਾਂਗੂ ਰੱਖੇ ਲੇਕਿਨ ਜਿਹੜੀ ਮੈਂ ਬਹੂ ਲੈ ਕੇ ਆਇਆ ਮੇਰਾ ਬੇਟਾ ਉਹਨੂੰ ਨਾ ਕਰੇ ਇਹ ਕੀ ਕਾਰਨ ਇਹ ਅੱਜ ਕੱਲ੍ਹ ਬਹੁਤ ਜ਼ਿਆਦਾ ਬਹੁਤ ਵਧੀਆ ਕੁਐਸਚਨ ਆ ਇਹ ਆਮ ਹੀ ਹੋ ਗਿਆ ਇਹ ਚੀਜ਼ ਪਰ ਮੈਂ ਸੋਚਦੀ ਹਾਂ ਵੀ ਜੇ ਕੁੜੀ ਦੀ ਮਾਂ ਜਿਹੜੀ ਅਸੀਂ ਵਿਆਹ ਕੇ ਲਿਆਏ ਹਾਂ ਜੇ ਉਹਨੂੰ ਗਾਂਹ ਵਾਲਾ ਪਰਿਵਾਰ ਆਪਦਾ ਸਮਝਣ ਦੇਵੇ ਤਾਂ ਬਹੁਤ ਵਧੀਆ ਹੋ ਜੂਗਾ ਕਿਉਂਕਿ ਕੁੜੀ ਹਜੇ ਆਈ ਨਹੀਂ ਹੁੰਦੀ ਮਗਰੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਆ ਕਿ ਗਾਂਹ ਵਾਲਿਆਂ ਨੂੰ ਮਤਲਬ ਉਹਦੀ ਫਿਕਰ ਨਹੀਂ ਹੁੰਦੀ ਆਪਾਂ ਦੋ ਚਾਰ ਦਿਨ ਜਦੋਂ ਸਾਡੀਆਂ ਮਾਵਾਂ ਵਿਆਹੀਆਂ ਉਦੋਂ ਕਿਹੜੇ ਫੋਨ ਸੀ ਕਿਹੜੇ ਉਹਨਾਂ ਦੇ ਸੁਨੇਹੇ ਸੀ ਕਿਹੜੇ ਸੁੱਖ ਸੀ ਉਹ ਵਧੀਆ ਐਸ਼ ਨਾਲ ਕੱਟਦੀਆਂ ਸੀ ਆਪਦੇ ਘਰੇ ਕਿਉਂਕਿ ਜਦੋਂ ਨੂੰ ਸੁੱਖ ਸੁਨੇਹਾ ਪਹੁੰਚਦਾ ਸੀ ਉਦੋਂ ਨੂੰ ਉਹ ਸਾਰੀ ਲੜਾਈ ਪੜ੍ਹਾਈ ਸਭ ਖਤਮ ਹੋ ਚੁੱਕੀ ਹੁੰਦੀ ਸੀ ਮੈਂ ਕਹਿੰਦਾ ਵੀ ਸਾਡੇ ਸਿਸਟਮ ਹੀ ਹੋਣਾ ਚਾਹੀਦਾ ਵੀ ਜੇ ਅਸੀਂ ਨੂੰਹ ਲੈ ਕੇ ਨੂੰਹ ਦੀ ਦਰਜਾ ਨਾ ਦਈਏ ਉਹਨੂੰ ਬੇਟੀ ਦਾ ਦਰਜਾ ਦਈਏ ਜਦੋਂ ਅਸੀਂ ਉਹਨੂੰ ਬੇਟੀ ਬਣਾ ਲਾਂਗੇ ਔਰ ਬੇਟੀ ਵੀ ਜਿਹੜੀ ਹੈਗੀ ਆ ਉਹ ਮਾਂ ਪਿਓ ਵਾਲਾ ਦਰਜਾ ਉਹਨਾਂ ਨੂੰ ਦੇਵੇ ਉਹਨਾਂ ਨੂੰ ਮਤਲਬ ਪਿੱਛੇ ਦੀ ਖਿੱਚ ਘੱਟ ਕਰੇ ਉਹ ਗਾਂਹ ਵਾਲਿਆਂ ਨੂੰ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਆਪਦੇ ਮਾਂ ਪਿਓ ਨਾਲ ਟੁੱਟੇ ਪਰ ਉਹਨਾਂ ਹੀ ਉਹ ਗਾਂਹਾਂ ਵਾਲੇ ਮਾਂ ਪਿਓ ਨੂੰ ਦਿਸਣ ਵੀ ਮੇਰੇ ਮਾਂ ਪਿਓ ਵਿੱਚੋਂ ਮੈਨੂੰ ਇਹ ਵੀ ਮਾਂ ਪਿਓ ਦਿਸਦੇ ਮਤਲਬ ਕਿ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਜ਼ਿਆਦਾ ਜਿਹੜੇ ਬਿਰਧ ਆਸ਼ਰਮ ਦੇ ਵਿੱਚ ਜਾ ਰਹੇ ਨੇ ਖਾਸ ਕਰਕੇ ਇਹ ਯੁਵਾ ਪੀੜ੍ਹੀ ਦਾ ਜਿਹੜਾ ਹੈਗਾ ਇੱਕ ਤਾਂ ਸੰਸਕਾਰਾਂ ਦੀ ਕਮੀ ਆਪਾਂ ਕਹਿ ਸਕਦੇ ਹਾਂ ਬਿਲਕੁਲ ਇੱਕ ਛੋਟੇ ਪਰਿਵਾਰ ਹੋ ਗਏ ਪੈਸੇ ਦੀ ਖਿੱਚ ਹੋ ਗਈ ਹਾਂਜੀ ਬਿਲਕੁਲ ਜੀ ਪੈਸੇ ਦੀ ਖਿੱਚ ਹੋ ਗਈ ਛੋਟੇ ਪਰਿਵਾਰ ਹੋ ਗਏ ਔਰ ਜਦੋਂ ਅਸੀਂ ਆਪਣੀ ਧੀ ਨੂੰ ਤਾਂ ਧੀ ਬਣਾ ਕੇ ਕਹਿੰਦੇ ਵੀ ਸਾਡਾ ਜਵਾਈ ਉਹਦਾ ਬਹੁਤ ਖਿਆਲ ਰੱਖੇ ਪਰ ਜਦੋਂ ਅਸੀਂ ਦੂਜੇ ਦੀ ਬੇਟੀ ਲੈ ਕੇ ਆਉਂਦੇ ਹਾਂ ਦੂਜੇ ਦੀ ਧੀ ਨੂੰ ਲੈ ਕੇ ਆਉਂਦੇ ਅਤੇ ਉਦੋਂ ਅਸੀਂ ਉਹਨੂੰ ਵੀ ਆਪਣੀ ਧੀ ਸਮਝੀਏ ਸਾਡਾ ਮੁੰਡਾ ਵੀ ਜਿਹੜਾ ਹੈਗਾ ਉਹ ਉਸ ਘਰ 'ਚ ਜਾ ਕੇ ਪਤਾ ਲੱਗੇ ਵੀ ਸਾਡਾ ਬੇਟਾ ਜਿਹੜਾ ਉਸ ਘਰ 'ਚ ਜਵਾਈ ਬਣ ਕੇ ਗਿਆ ਅਤੇ ਉਹ ਸਾਡਾ ਬੇਟਾ ਬਣ ਕੇ ਉੱਥੇ ਰਹੇ ਅਤੇ ਜਿਹੜਾ ਸਾਡਾ ਜਵਾਈ ਹੈਗਾ ਅਤੇ ਅਸੀਂ ਉਹਨੂੰ ਆਪਣਾ ਬੇਟਾ ਸਮਝੀਏ ਫਿਰ ਤਾਂ ਸ਼ਾਇਦ ਥੋੜ੍ਹਾ ਬਹੁਤਾ ਇਹਦਾ ਫਰਕ ਪੈ ਸਕਦਾ। ਡਾਕਟਰ ਸਾਹਿਬ ਇਸ ਤੋਂ ਇਲਾਵਾ ਤੁਹਾਡੇ ਲਗਾਤਾਰ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਰਹਿੰਦੇ ਹੈਗੇ ਹਾਂ ਤੁਸੀਂ ਸਮਾਜਿਕ ਸੇਵਾਵਾਂ ਦੇ ਵਿੱਚ ਕਾਫੀ ਹਿੱਸਾ ਲੈਂਦੇ ਹੋ ਕਲੱਬਾਂ ਦੇ ਵਿੱਚ ਜਾਂਦੇ ਹੋ ਇੱਕ ਤੁਸੀਂ ਸੰਸਥਾ ਹੈਗੀ ਹੈ ਉਹਦੇ ਨਾਲ ਵੀ ਜੁੜੇ ਹੋਏ ਹੋ। ਹਾਂਜੀ ਸਰ ਮੈਂ ਜਿਵੇਂ ਅਲੱਗ ਅਲੱਗ ਵਧੀਆ ਐਨ ਜੀ ਓ ਆ ਜਿਹੜੇ ਦਿਲੋਂ ਸਮਾਜ ਸੇਵਾ ਕਰਦੇ ਕਿਉਂਕਿ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਜਿਹੜੀ ਫੇਕ ਸਮਾਜ ਸੇਵਾ ਹੈ ਉਹ ਵੀ ਬਹੁਤ ਚੱਲ ਰਹੀ ਆ। ਫੇਕ ਸਮਾਜ ਸੇਵਾ ਮੈਂ ਉਹਨੂੰ ਕਹੂੰਗੀ ਵੀ ਜਿਹੜੇ ਮਤਲਬ ਉਹਨਾਂ ਕੁ ਸਮੇਂ ਲਈ ਜਾਂਦੇ ਆ ਔਰ ਫੋਟੋ ਖਿਚਾ ਕੇ ਸੋਸ਼ਲ ਮੀਡੀਆ 'ਤੇ ਪਾ ਕੇ ਆਪਦਾ ਉਹ ਚਲੋ ਜੀ ਉਹਨਾਂ ਦਾ ਟਾਈਮ ਪਾਸ ਹੋ ਜਾਂਦਾ ਸਰ ਜਾਂਦਾ ਹਾਈਲਾਈਟ ਹੋਣ ਨੂੰ
एक होंगी है कि सुबह तो जाओ पहला 10 दिन साडा शुरू हो जाता उन्हूं किवें करना है किवें आपां उहदी सैटिंग करनी आ की होना चाहिए है कोई कमी ना रह जाए और जिद्दे वो फंक्शन हो गया एंड तक भी असी जो टाट वगैरह कुर्सियां वगैरह जूठे गिलास उत्थे जिथे असी ऑर्गनाइज किया सानू कोई लांभा ना आवे अगे तो भी सानू वो जगह मिल सके असी एंड तक चकना हुंदा है वो हुंदी है दिलों समाज सेवा। तुसीं ये देखो भी मैनू की चट्टी पई है मैनू कोई कमी नहीं हैगी मैं आपदी 20-30 हज़ार की ओपीडी छड के मैं समाज सेवा कर जानी क्योंकि मैनू अंदरों जज्बा है शौक है कि असी किसी के जिंदगी कम आ सकी चलो जिनी जिंदगी अपन वार वार नहीं मिलनी। पर डॉक्टर साहब जिस तरीके हॉस्पिटल लगे ने थोड़े को केसिस इन्ने बहुत ज़्यादा आते हैं टाइम किमें कटते फिर तुम अपनी डिस्पेंसरी छड़ के अपनी क्लीनिक छड़ के टाइम किमें कटते आम सोशल मीडिया से रोज़ ही देखते हैं थोड़े कितने ना कितने सेवा के लगे रहने है फिर उतों की क्लीनिक किमें चलती टाइम किमें कटते जी। सर पहली गल तो भी जिन्हें भी मेरे कस्टमर है पेशेंट है वह मैनू तकरीबन कॉल करके आते हैं बाकी सुबह 8 बजे तो लैके 2 बजे तक जिहड़ा हैगा मैं आपदे पेशेंट देखदी हाँ मैं ये नहीं हैगा भी मैं कल्ली वेली हाँ समाज सेवा ते हाँ क्योंकि आपां नूं घर चलाउण लई जिहड़ा हैगा बहुत कुछ चाहीदा हुंदा ते उह मैं आराम नाल आपदी ओपीडी देखदी हाँ पहला मैनू पेशेंट है फिर मैनू समाज सेवा है वो भी सब तो बड़ी सेवा है जी मरीज नूं देखभाल करनी जिहड़ी है बिल्कुल हाँ जी क्योंकि किसे उम्मीद नाल पेशेंट आउंदा डॉक्टर कोले तो जो डॉक्टर ना मिले फिर उन्होंने उम्मीद टुट जाती है कि स्टाफ ने मेडिसन देती तो मैं वो जो 2 to 5 बजे का समा हैगा लंच टाइम वो मैं वेस्ट नहीं करती भी मैं रेस्ट कर लव कोई मैं लंच करके तो नाल दी नाल ही आपकी कोई सेवा पर चले जाना हैगा। सो ये सन डॉक्टर सरबजीत बराड़ जिन्होंने अपना पूरा एक्सपीरियंस दसिया क्योंकि बिरध आश्रम के बहुत ज़्यादा लगातार जाते रहते हैं आने वाले दिनों के असी होर इन को बड़े बड़े एक्सपीरियंस लवेंगे तो जाएंगे किस तरीके दे नाल आपदे पेशे के प्रति वफादार हो के नाल दी नाल समाज की सेवा करते हैं।